तुसी झूठ क्यों बोल दे भाई? भाई तुसी सच दसो ना कि तुसी दोनों ने लड़ रहे सी ते हुण कहने कि तुसी दोस्त हो। लो भाजी असी क्यों झूठ बोलना है, साडा तां प्यार ही बड़ा आपस दे विच, दोवें भरावां वर्गे यार आ सी। और की असी तां दोवें इकट्ठे जांदे पए सी, जोरे भाजी नूं पता नहीं की होया, एकदम कार दे विचों बाहर आए ते हो गए साडे दुआले। झूठ बोल रहे ने। पतला जी तो मेरी मेहनत करता सी कि इन्हू मार देना, ओदे हत्थों बचा लो भाई, मैनू बचा लो, मैनू कह रहा सी, मैं सच कह रहा। मैनू लगता जोरा बाई का काम हो गया। ਉਹ ਜੇਲ੍ਹ 'ਚ ਤਾਂ ਅਗਲੇ ਤਗੜੇ ਤਗੜੇ ਬੰਦਿਆਂ ਦਾ ਕੰਮ ਫੱਟ ਕੱਢ ਦਿੰਦੇ ਨਾ, ਕੀ ਪਤਾ ਜੇਲ੍ਹ 'ਚ ਕੁਛ ਖਾਣ ਪੀਣ ਲੱਗਿਆ ਹੋਵੇ। ਹੋਰ ਕੀ, ਚੜ ਜਾਂਦਾ ਨਸ਼ਾ ਵੱਡੇ ਵੱਡੇ ਬੰਦਿਆਂ ਨੂੰ। ਚੁੱਪ ਚੁੱਪ ਕਰੋ ਤੁਸੀਂ ਸਾਰੇ, ਕੁਛ ਨਹੀਂ ਹੋਇਆ ਮੇਰੇ ਜ਼ੋਰਾਵਰ ਜੀ। ਮੇਰੇ ਜ਼ੋਰਾਵਰ ਜੀ ਪਾਗਲ ਨਹੀਂ ਆ, ਤੁਸੀਂ ਭਾਵੇਂ ਇਹ ਗੱਲ ਇੱਕ ਵਾਰ ਕਹੋ ਜਾਂ 100 ਵਾਰ ਕਿ ਮੇਰੇ ਜ਼ੋਰਾਵਰ ਜੀ ਦੀ ਦਿਮਾਗੀ ਹਾਲਤ ਠੀਕ ਨਹੀਂ ਆ ਜਾਂ ਉਹ ਪਹਿਲਾਂ ਵਾਲੇ ਜ਼ੋਰਾਵਰ ਜੀ ਨਹੀਂ ਰਹੇ, ਪਰ ਮੇਰੇ ਲਈ ਇਹ ਸਭ ਕੁਝ ਝੂਠ ਹੈ। ਸੁਣਿਆ ਤੁਸੀਂ ਸਭ ਨੇ, ਇਹ ਸਭ ਝੂਠ ਹੈ ਮੇਰੇ ਲਈ। ਚਲੋ ਇੱਥੋਂ। ਹਾਂਜੀ ਮੁੱਕ ਗਈ ਗੱਲ, ਜਾਓ ਹੁਣ ਆਪਣੇ ਆਪਣੇ ਘਰਾਂ ਨੂੰ। ਲਓ ਜੀ ਬੀਬੀ ਪ੍ਰਧਾਨ, ਹੋ ਗਿਆ ਕੰਮ ਤੁਹਾਡਾ। ਧੰਨਵਾਦ ਬੀਬੀ ਪ੍ਰਧਾਨ। ਜੁਗਨੂ ਜੀ ਤੁਸੀਂ ਤੁਸੀਂ ਅੱਜ ਬਹੁਤ ਚੰਗੀ ਦੋਸਤੀ ਨਿਭਾਈ ਸਦਕੇ ਤੁਹਾਡੇ। ਕੀ ਮਤਲਬ ਰੇਨੂ ਜੀ, ਮੈਂ ਕੀ ਕੀਤਾ? ਇਸੇ ਗੱਲ ਦਾ ਤਾਂ ਰੋਣਾ ਹੈ ਨਾ ਕਿ ਤੁਸੀਂ ਕੁਛ ਕੀਤਾ ਹੀ ਨਹੀਂ। ਹੁਣ ਅਜੂਨੀ ਨੂੰ ਦੇਖ ਲਓ, ਉਹਨੂੰ ਕੁਛ ਨਹੀਂ ਸੀ ਪਤਾ ਕਿ ਕੀ ਹੋਇਆ ਕੀ ਨਹੀਂ, ਪਰ ਜਦੋਂ ਇੱਥੇ ਆਈ ਤਾਂ ਉਹਨੇ ਜ਼ੋਰਾ ਜੀਜਾ ਜੀ ਦਾ ਹੀ ਸਾਥ ਦਿੱਤਾ, ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਜੀਜਾ ਜੀ ਕਦੇ ਵੀ ਕਿਸੇ ਤੋਂ ਵੀ ਬਿਨਾਂ ਗੱਲੋਂ ਹੱਥ ਨਹੀਂ ਚੁੱਕ ਸਕਦੇ। ਹਰ ਵਾਰ ਗੱਲ ਸੱਚ ਜਾਂ ਝੂਠ ਦੀ ਨਹੀਂ ਹੁੰਦੀ ਜੁਗਨੂ ਜੀ, ਗੱਲ ਵਿਸ਼ਵਾਸ ਦੀ ਹੁੰਦੀ ਹੈ। ਹੈਲੋ ਕਾਕਾ ਜੀ, ਮੈਂ ਮਾਰਕ ਕਰ ਦਿੱਤਾ, ਬੀਡੀਓ ਸਾਹਿਬ ਨੂੰ ਜਾ ਕੇ ਦੇ ਦਿਓ, ਤੁਹਾਡੀ ਗਲੀ ਦਾ ਕੰਮ ਸ਼ੁਰੂ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਧੰਨਵਾਦ ਦੀ ਕਿਹੜੀ ਗੱਲ, ਤੁਸੀਂ ਸਾਰਿਆਂ ਨੇ ਤਾਂ ਮਿਲ ਕੇ ਮੈਨੂੰ ਜਿਤਾਇਆ, ਤੇ ਜਿਤਾਇਆ ਵੀ ਇਸ ਕਰਕੇ ਕਿ ਮੈਂ ਤੁਹਾਡੇ ਕੰਮ ਆ ਸਕਾਂ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਕਿਹਦੀ ਉਡੀਕ ਕਰ ਰਹੇ? ਜ਼ੋਰੇ ਤੇ ਅਜੂਨੀ ਨੇ ਆ ਜਾਣਾ, ਥੈਰੇਪੀ ਨੂੰ ਥੋੜਾ ਟਾਈਮ ਲੱਗਦਾ, ਉਦੋਂ ਤੱਕ ਤੁਸੀਂ ਅੰਦਰ ਬਹਿ ਕੇ ਇੰਤਜ਼ਾਰ ਕਰ ਲਓ, ਆ ਜਾਓ। ਵੀਰ ਜੀ ਮੈਨੂੰ ਜ਼ੋਰੇ ਲਈ ਕਾਹਲੀ ਪਈ ਜਾਂਦੀ ਸੀ, ਉਹਦੀ ਪਸੰਦ ਦੇ ਨਾ ਗਰਮ ਗਰਮ ਗੋਭੀ ਦੇ ਪਰੌਂਠੇ ਬਣਾਉਣ ਲੱਗੀ ਸੀ, ਠੰਡੇ ਫਿਰ ਸਵਾਦ ਨਹੀਂ ਲੱਗਦੇ। ਲੋ ਤੁਹਾਡੇ ਪਰੌਂਠੇ ਨਹੀਂ ਠੰਡੇ ਹੋਣ ਦਿੱਤੇ ਮੇਰੇ ਪੁੱਤ ਨੇ, ਇੱਕ ਪਰੌਂਠਾ ਮੈਨੂੰ ਵੀ ਖਵਾ ਦਿਓ, ਪਰ ਜ਼ੋਰੇ ਪੁੱਤ ਨਾਲ। ਜੀ ਵੀਰ ਜੀ। ਹਾਂਜੀ ਜ਼ੋਰੇ ਪੁੱਤਰ ਜੀ, ਕੀ ਹਾਲ ਹੈ, ਸਭ ਠੀਕ ਠਾਕ? ਕਿੱਦਾਂ ਦੀ ਰਹੀ ਥੈਰੇਪੀ, ਹੋਰ ਕੀ ਕਹਿੰਦਾ ਸੀ ਡਾਕਟਰ? ਜ਼ੋਰਾ ਭਾਜੀ ਗੱਲ ਤਾਂ ਸੁਣੋ, ਪਾਪਾ ਜੀ ਪੁੱਤਰ ਜੀ ਥੈਰੇਪੀ ਠੀਕ ਰਹੀ ਨਾ?
हाँ जी पापा जी, थेरेपी तो सही से, पर की पापा जी जदों असीं डॉक्टर दे सी ना तो मैंने सोडी सर दी कॉल आई सी। अरे बाहर आ जल्दी, जोरा भाई किसी बंदे को डर रहे हैं, जल्दी आए सर जल्दी। चुन्नी जी इस बेचारे नूं मैं मार रहा, जे मैं ना हटाउंदा ना तो कुट कुट के मार देना सी। लै भाई आ की गल कर दी तुसी, साडा तां प्यार ही बड़ा आपस च। सिक्ख्या मंत्री नवदीप सिंह बाजवा दा मुंडा पागल है। ਉਹ ਜੇਲ੍ਹ 'ਚ ਤਾਂ ਅਗਲੇ ਤਗੜੇ ਤਗੜੇ ਬੰਦਿਆਂ ਦਾ ਕੰਮ ਫੱਟ ਕੱਢ ਦਿੰਦੇ ਨਾ, ਕੀ ਪਤਾ ਜੇਲ੍ਹ 'ਚ ਕੁਝ ਖਾਣ ਪੀਣ ਲੱਗਿਆ ਹੋਵੇ। ਤੇ ਫਿਰ ਅਸੀਂ ਆ ਗਏ। ਹਾਏ ਰੱਬਾ, ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ। ਸੋਹਰਾ ਭਾਜੀ ਤਾਂ ਇੱਦਾਂ ਕਰ ਹੀ ਨਹੀਂ ਸਕਦੇ ਬਿਨਾਂ ਕਿਸੇ ਗੱਲੋਂ, ਉਹਨਾਂ ਨੇ ਤਾਂ ਕਦੇ ਕਿਸੇ ਨੂੰ ਗਾਲ ਵੀ ਨਹੀਂ ਕੱਢੀ। ਹਾਂ ਤਾਂ ਭਾਈ ਤਾਂ ਬਹੁਤ ਦੂਰ ਦੀ ਗੱਲ। ਸੋਹਰਾ ਤਾਂ ਹੁਣ ਤਾਂ ਨਹੀਂ ਘਰੋਂ ਬਾਹਰ ਨਿਕਲਦਾ ਤੇ ਲੋਕਾਂ ਨੇ ਮੱਥੇ ਲੱਗਣ ਤੋਂ ਵੀ ਡਰਦਾ, ਤੇ ਇਹੋ ਜਿਹੀਆਂ ਗੱਲਾਂ ਤੋਂ ਬਾਅਦ ਤਾਂ ਤੁਹਾਨੂੰ ਕਿੱਥੋਂ ਹਿੰਮਤ ਲੈ ਕੇ ਆਏਗਾ ਬਾਹਰ ਜਾਣ ਦੀ। ਪਤਾ ਨਹੀਂ ਇਹ ਕਿਹੜੇ ਗੰਦੇ ਬੰਦੇ ਨੇ ਜਿਹੜੇ ਮੇਰੇ ਪੁੱਤਰ ਦੇ ਪਿੱਛੇ ਹੀ ਪੈ ਗਏ। ਇਹ ਕਿਹੜੀ ਆਵਾਜ਼ ਹੈ? ਚੰਗੀ ਤਰ੍ਹਾਂ ਲਾਓ, ਕੋਈ ਕਾਲੀ ਨਹੀਂ ਹੈ ਸਾਨੂੰ, ਧਿਆਨ ਨਾਲ। ਇਹ ਕੀ ਹੋ ਰਿਹਾ ਸਪਰਿੰਗ ਪੁੱਤਰ ਜੀ? ਉਹ ਪਾਪਾ ਜੀ, ਮੈਂ ਨਾ ਅੱਜ ਸਕੂਲ ਗਈ ਸੀ ਤਾਂ ਮੈਨੂੰ ਪਤਾ ਲੱਗਿਆ ਜੋ ਵੀ ਕੁਝ ਹੋਇਆ, ਸਿਆਸਤ ਵਿੱਚ ਬੰਦੇ ਦੇ ਕਿੰਨੇ ਦੁਸ਼ਮਣ ਹੋ ਜਾਂਦੇ ਨੇ। ਸਾਡੇ ਪਰਿਵਾਰ ਤੇ ਤਾਂ ਉਦਾਂ ਹੀ ਲੋਕਾਂ ਦੀ ਵਾਰੀ ਅੱਖ ਰਹਿੰਦੀ ਹੈ, ਜੋ ਵੀ ਹੋਇਆ ਜਿੰਨੇ ਵੀ ਕੀਤਾ ਉਹਨੂੰ ਤਾਂ ਅਸੀਂ ਛੱਡਾਂਗੇ ਨਹੀਂ, ਪਰ ਹਾਲ ਫਿਲਹਾਲ ਇਹ ਸਾਰਾ ਕੁਝ ਤਾਂ ਕਰਨਾ ਹੀ ਪੈਣਾ ਨਾ। ਪਰ ਤਰਾਨੀ ਜੀ, ਏਦਾਂ ਦਰਵਾਜ਼ੇ ਖਿੜਕੀਆਂ ਬੰਦ ਕਰਨ ਦੀ ਲੋੜ ਹੀ ਕੀ ਹੈ? ਲੋੜ ਹੈ ਜਠਾਨੀ ਜੀ, ਸਾਰੇ ਪਾਸੇ ਇਹੀ ਖਬਰ ਫੈਲ ਗਈ ਕਿ ਐਜੂਕੇਸ਼ਨ ਮਿਨਿਸਟਰ ਸਾਹਿਬ ਦੇ ਮੁੰਡੇ ਦੇ ਦਿਮਾਗ 'ਚ ਕੋਈ ਨੁਕਸ ਆ ਗਿਆ ਤੇ ਉਹ ਪਾਗਲਾਂ ਤੇ ਡਾਕਟਰ ਕੋਲ ਇਲਾਜ ਕਰਾ ਰਹੇ। ਓਪੋਜੀਸ਼ਨ ਉਹ ਤਾਂ ਸਾਰੇ ਇਸੇ ਤਾਕ 'ਚ ਬੈਠੇ ਨੇ ਕਿ ਉਹ ਸੋਹਰੇ ਵੀਰੇ ਦਾ ਕੋਈ ਗਲਤ ਵੀਡੀਓ ਬਣਾ ਲੈਣ, ਹੋਰ ਝੂਠ ਮੂਠ ਫੈਲਾ ਦੇਣ। ਚੰਗਾ ਇਹੀ ਹੋਏਗਾ ਕਿ ਅਸੀਂ ਸੋਹਰੇ ਵੀਰੇ ਨੂੰ ਘਰ ਦੇ ਅੰਦਰ ਇੱਕ ਕਮਰੇ 'ਚ ਰਹਿਣ ਦੇ। ਜਦ ਜ਼ੋਰਾਵਰ ਜੀ ਨੂੰ ਕੁਝ ਹੋਇਆ ਹੀ ਨਹੀਂ ਤਾਂ ਕਿਉਂ? ਜੇ ਜ਼ੋਰਾਵਰ ਜੀ ਦੀ ਸੱਚੀ ਮਾਨਸਿਕ ਹਾਲਤ ਖਰਾਬ ਵੀ ਹੁੰਦੀ ਨਾ, ਮੈਂ ਤਾਂ ਵੀ ਉਹਨਾਂ ਨੂੰ ਇੱਕ ਕਮਰੇ 'ਚ ਕੈਦ ਨਹੀਂ ਸੀ ਬੰਦ ਹੋਣ ਦੇਣਾ। ਸਿਰਫ ਜ਼ੋਰਾਵਰ ਜੀ ਨਹੀਂ, ਕੋਈ ਵੀ ਬੰਦ ਨਹੀਂ ਰਹਿ ਸਕਦਾ ਜਿਹਦੀ ਮਾਨਸਿਕ ਹਾਲਤ ਠੀਕ ਵੀ ਹੋਵੇ ਜਾਂ ਖਰਾਬ ਵੀ ਹੋਵੇ, ਕੋਈ ਵੀ ਨਹੀਂ। ਤੇ ਜਦ ਸਾਡੇ ਦਿਲ ਵਿੱਚ ਕੋਈ ਚੋਰ ਹੈ ਹੀ ਨਹੀਂ, ਅਸੀਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਫਿਰ ਲੁਕੋ ਕਿਹੜੀ ਗੱਲ ਦਾ? ਤੇ ਆਪਣੀ ਬਿਮਾਰੀ ਦੇ ਇਲਾਜ ਲਈ ਥੈਰੇਪੀ ਲੈਣਾ ਇਹ ਕੋਈ ਬੁਰੀ ਗੱਲ ਤਾਂ ਨਹੀਂ ਹੈ ਨਾ? ਪਾਜੀ ਤੁਸੀਂ ਸਭ ਕੁਝ ਬੰਦ ਕਰ ਦਿਓ, ਕੁਝ ਨਹੀਂ ਕਰਨਾ ਇੱਥੇ। ਜਠਾਨੀ ਜੀ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਰੋਕਿਓ ਨਾ। ਪਹਿਲਾਂ ਹੀ ਤੁਹਾਡੀ ਸੋਚ ਕਰਕੇ ਸਾਨੂੰ ਕੀ ਸਹਿਣਾ ਪਿਆ। ਪਿਛਲੀ ਵਾਰੀ ਵੀ ਯਸ਼ਪਾਲ ਤੋਂ ਬਚਣ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਸਕੂਲ ਨਾ ਜਾਓ ਥੋੜੇ ਦਿਨ ਲਈ, ਪਰ ਤੁਸੀਂ ਤਾਂ ਜ਼ਿੱਦ ਫੜ ਲਿੱਤੀ ਕਿ ਤੁਸੀਂ ਡਰ ਕੇ ਨਹੀਂ ਬੈਠੋਗੇ। ਤੇ ਜਦ ਸੂਰੇ ਵੀਰੇ ਨੂੰ ਜੇਲ੍ਹ ਹੋਈ ਤਾਂ ਵੀ ਕਿਹਾ ਸੀ ਕਿ ਇਸ ਨੂੰ ਰਫਾ ਦਫਾ ਕਰ ਦੇਣਾ ਚਾਹੀਦਾ, ਤੇ ਤੁਸੀਂ ਕਾਨੂੰਨ ਦੇ ਮੁਤਾਬਿਕ ਚੱਲਣ ਦੀ ਜ਼ਿੱਦ ਫੜ ਲਿੱਤੀ। ਜਦ ਸੂਰੇ ਵੀਰੇ ਨੂੰ ਡਾਕਟਰ ਬਰਾੜ ਕੋਲ ਇਲਾਜ ਕਰਾਉਣਾ ਪੈ ਰਿਹਾ ਤਾਂ ਮੈਂ ਮਨਾ ਕੀਤਾ ਸੀ, ਮੈਂ ਕਿਹਾ ਸੀ ਕਿ ਲੋਕ ਉਹਨਾਂ ਨੂੰ ਪਾਗਲ ਕਹਿਣਗੇ, ਤੇ ਉਹੀ ਹੋ ਰਿਹਾ। ਜਠਾਨੀ ਜੀ ਇਸ ਵਾਰੀ ਤੁਹਾਡੀ ਇਹ ਜ਼ਿੱਦ ਨਹੀਂ ਚੱਲੂਗੀ। ਤੁਹਾਨੂੰ ਨਹੀਂ ਪਤਾ ਸਿਆਸੀ ਪਰਿਵਾਰ ਵਿੱਚ ਕਿੱਦਾਂ ਰਹਿਣਾ ਪੈਂਦਾ। ਹੋ ਸਕਦਾ ਦਰਾਨੀ ਜੀ ਕਿ ਮੈਨੂੰ ਇੰਨਾ ਨਾ ਪਤਾ ਹੋਵੇ ਕਿਉਂਕਿ ਮੈਂ ਇੱਕ ਛੋਟੇ ਜਿਹੇ ਪਰਿਵਾਰ 'ਚੋਂ ਜੰਮੇ ਪਲੀ, ਪਰ ਫਿਰ ਵੀ ਜ਼ਿੰਦਗੀ ਦੇ ਕੁਝ ਅਸੂਲ ਹੁੰਦੇ ਨੇ ਤੇ ਉਹ ਅਸੂਲ ਮੰਨਣੇ ਵੀ ਪੈਂਦੇ ਨੇ। ਤੇ ਮੈਂ ਇਹ ਵੀ ਮੰਨਦੀ ਹਾਂ ਕਿ ਮੈਨੂੰ ਇਹੀ ਲੱਗਦਾ ਕਿ ਸਿਆਸੀ ਪਰਿਵਾਰ ਨੂੰ ਵੀ ਉਹ ਅਸੂਲ ਨਹੀਂ ਤੋੜਨੇ ਚਾਹੀਦੇ ਜੋ ਮੈਂ ਵਿਆਹ ਤੋਂ ਪਹਿਲਾਂ ਸੀ, ਉਹ ਮੈਂ ਵਿਆਹ ਤੋਂ ਬਾਅਦ ਵੀ ਹਾਂ।
जो मेरे असूल पहला से वो बाद भी वही रहेंगे। हम थानू किद्दा समझाइए जठानी जी, तुसी तो मेरी गल ही नहीं समझ। मैं तो साडे परिवार वास्ते साडी इज्जत वास्ते सोच रही, मैं तो पूरे वीरे दे बारे पापा जी दे बारे कोई ऐदा दी गल करूंगा तो मैं नहीं सुन सकती। पर मैं लोकां दी गल्लां तो नहीं डरती दरानी जी। मैं पहला भी स्कूल जाना नहीं छड्डिया सी क्योंकि मैनु किसे बंदे दे डर तो करे बैठना गलत लगता सी। ते हुण मैं जोरावर जी नूं भी करे नहीं बैठन देंगी। ते रही गल थैरेपी दी, उहदे बारे भी लोकां दी सोच गलत है। जठानी जी तुसी तां मैनु गलत ही समझी जा रहे। तुसी मेरी गल पे तां थोड़े सोहरे वीरे साडे परिवार दे बारे सोच रही हां, फिकर कर दी हां, ते तुसी तां मेरी गल समझ ही नहीं रहे हो। जशन जी तुसी समझाओ जठानी जी, चुप क्यों खड़े हो तुसी? समरीन तेनू वैसे फिकर भी कहता है, एडी भी केड़ी गल हो गई है? तुसी भी मैनू पूछ रहे हो कि मैनू कादा फिकर है जोरे वीरे दा कि मीडिया वाले उन्हां दा कोई गलत वीडियो ना बना ले? दसो की गलत क्या है? मैं जठानी जी तां तेनू ही गलत समझ रहे ने। ओ गल नहीं है दरानी जी, जदों साडे घर दे विच कुछ गलत है ही नहीं, जोरावर जी गलत है ही नहीं, तां मीडिया नूं किस गल दी गलत वीडियो मिल जूगी? ते हां जी, अगर मीडिया कोई वीडियो बना भी लैंदी है ना तां मैनूं इस गल नाल कोई फर्क नहीं पैंदा। सवरीन पुत्र जी, अजूनी बेटा जी बिल्कुल सही कह रहे हैं। गल लकोण नाल तां गल होर भी वधूगी। मैनू लगता आपां नूं ऐ नहीं करना चाहिए। ठीक है पापा जी, मेरी गल तां पिछली बारी भी किसी ने नहीं मनी सी, सारे नूं किन्ना तंग होना पिया। मैं तां कहनी आ इस बारी ऐदा दा कुछ ना होवे। सवरीन ऐदा दी कोई, सवरीन मेरी गल तां सुन। अजूनी पुत्र जी तुसी जोरे दा ख्याल रखो। हाँ जी पापा जी। पुत्र जी आ सब कुछ इत्थे उठाओ, इत्थे ही काम नहीं करना। ए मेरे परमात्मा, मेरे परिवार ते मेहर कर, मेहर कर मेरे रब्बा, मेहर कर। सरावर जी ऐदा क्यों बैठे हो तुसी? चलो उठो। चलो, पर जाना कित्थे अजूनी जी? कितने नहीं जाना, मैं बस इत्थे कमरे च ही आराम करना। ते मैं केड़ा तुहानू उठ के बाहर जाण नूं कह रही हां? मैं तुहानू आउण नूं ही कह रही हां ना। सरावर जी देखो, असीं किन्नी धूड़ मिट्टी चों लंघ के आए हां, तुसीं नहाओगे धोओगे फ्रैश होओगे तां तुहानू चंगा लगूगा। ते फिर परौंठे भी तां खाणे ने। ਤੁਹਾਨੂੰ ਪਤਾ ਭੂਆ ਜੀ ਨੇ ਗੋਭੀ ਵਾਲੇ ਪਰੌਂਠੇ ਬਣਾਏ ਨੇ ਤੁਹਾਡੇ ਵਾਸਤੇ। ਚਲੋ ਫਿਰ ਫਟਾਫਟ ਨਾ ਲਓ। ਸਰਾਵਰ ਜੀ ਲਓ, ਚਲੋ ਉੱਠੋ, ਚਲੋ ਚਲੋ। हेलो मिसेस बाजवा, एनी प्रॉब्लम? हेलो डॉक्टर, मिसेस बाजवा ठीक थे ना? हाँ जी डॉक्टर, जोरावर जी तो ठीक ने। ते प्रॉब्लम तो तुहानू पता ही है, इत्थे दे लोकां दी सोच है। हुण की होया? ओ जे इदां दीआं गल्लां हुंदीआं नहीं है तां आई एम अफ्रेड मिस्टर बाजवा किते नेक्स्ट सेशन विच आउण तों मना ना कर दे। मेरी एडवाइस है कि तुसी उन्हां नूं ओही करन दो जो उन्हां नूं बहुत चंगा लगता है। फॉर एग्जाम्पल, वो बहुत खुश सन जदों वो कबड्डी दी गल्लां कर रहे सीगे। थैंक यू डॉक्टर, मैनूं पता लग गया है कि मैनूं की करना चाहिए।
थैंक यू। हाँ जी रेनू जी, मेरे मतलब मेम जी, मैं तुहाडे कोलो ट्यूशन पढ़नी है। ट्यूशन मतलब ट्यूशन? हाँ जी मैम जी, जो तुसी उत्थो आ गए सी तां मैं फिर बाद च बैठा सोचदा रहा जी। मैं सोचदा रहा कि तुसी कुछ सोचा भी कि सोचते ही रहे? हाँ जी हाँ जी, मैं सोचता रहा कि तुसी जो कहा सी वो बिल्कुल ठीक सी। मैनू शायद जोरे दा साथ देना चाहिदा सी, जिवें तुसी अजूनी भाभी दा साथ दित्ता है पक्के पैर। फिर मैनू लगा तुहाडे कोल तां होर भी बड़ियां सियाणियां सियाणियां गल्लां जो मैं सीख सकदा, मैनू भी दो चार सियाणियां गल्लां सिखा दिओ। आ दोस्ती दूस्ती ते मैनू अज तक किसी ने इन्हां बारे दस्सा ही नहीं। मैनू लगा तुसी मेरे खाने पा सकदे हो। मैनू ट्यूशन पढ़ाओगे? मैं जो दसूंगी वो लिख लोगे तुसी? आता जी फिर मेरा तक कई हो गया। मैं किताबा की पढ़ाई लिखाई थोड़ी क्या जी, मैं तो रिश्तों की पढ़ाई के पहले नंबर पर आना चाहना। तो सच में तो फीस भी लेके आया जी, एक वधिया मिठे रिश्ते की शुरुआत ली मिठे मिठे फलों तो वधिया फीस होर की हो सकती है जी। पर तुस तो खाली हथी खड़े हो, कित्थे ने फल? एक मिनट। आ लो रेनू जी, अपने रिश्ते की शुरुआत ली मिठे मिठे गन्ने। हुण फिर मैं पक्का समझा जी, कल तो शुरू कर ली? नहीं, कल तो बिल्कुल नहीं हो सकता। कोई नहीं, आ फड़ो तुसी। ठीक है जी, पक्का आऊंगा। बाय। जुगनू जी मेरी गल। हां जी हां जी। गेम नाल तां कल्ले शरीर दी नहीं दिमाग की भी चंगी कसरत होंदी है जी। गेम नाल तो ओवरऑल विकास होंदा है बच्चे का। अच्छा जी कबड्डी? हाँ जी कोई गल नहीं। वैसे मैं स्कूल चो रिजाइन कर देता, मैं जिन्नी मदद हो सके थोड़ी उन्नी मदद करांगी जी। ठीक है जी, मैं हुन रखती हूँ। हुण तेरा की होगा जूनी? पहला तो शेखी मारती कि मैं कबड्डी वाले प्रोजेक्ट हेल्प करूंगी, पर तेनू तो कबड्डी च कबड्डी कबड्डी करन तो बिना और कुछ आंदा ही नहीं। की करेंगी हुण तो? हाँ ग्राउंड मैप पे आए मेरे को, उते ट्राई कर दिया शायद कुछ हेल्प मिल सके। कबड्डी से खिडारी हाँ एक दो तीन चार पांच। हम पांच खिडारी होंगे ने कि सात होंगे ने? पता नहीं। कबड्डी च पांच खिडारी नहीं होंदे जूनी जी? अच्छा फिर तुसी दस दो मैनू, घटो घट इन्ना तो मैनू भी पता होना चाहिए ना। ओपन कबड्डी च खिडारी तो अठ होंदे पर जाफी चार ही होंदे रेडर नूं स्टॉप लाउण लई। सरावर जी फिर तो मैं गलत करता, तुसी दस दो ना मैनू, ऐसा तो मैनू पता नहीं लगना। दस दो